ਉਹ ਅੰਤਮਾਨ ਹਰੇਕ ਵੀਡੀਓ ਚ ਪਤਾ ਪਹਿਲਾਂ ਕੀ ਕਹਿੰਦਾ ਹੁੰਦਾ ਸੀ, ਮੈਂ ਇੱਥੋਂ ਸਿਵੇ ਬਲ ਦੇ ਅਕਾਲੀਆਂ ਰਾਜਭਾਈ ਕਾਂਗਰਸ, ਮੈਂ ਇੱਥੋਂ ਸਿਵੇ ਬਲ ਦੇ ਹੀ ਵੇਖੇ ਜਾਂਦੇ, ਮੈਨੂੰ ਸਿਵਿਆਂ ਦਾ ਸੇਕ ਰਾਤ ਨੂੰ ਸੌਣ ਦਿੰਦਾ ਤੇ ਹੁਣ ਸਿਵਿਆਂ ਦਾ ਸੇਕ ਘੱਟ ਗਿਆ। 92 ਐਮਐਲਏ ਕਿੰਨਾ ਜਿਤਾਏ ਨੇ ਲੋਕਾਂ ਨੇ, 92 ਐਮਐਲਏ ਲੋਕਾਂ ਨੇ ਜਿਤਾਏ ਨੇ। ਕਿਉਂ ਜਿਤਾਏ ਨੇ? ਪਿਛਲੀਆਂ ਸਰਕਾਰਾਂ ਦੇ ਸਿਸਟਮ ਤੋਂ ਦੁਖੀ ਹੋ ਕੇ। ਭਗਵੰਤ ਮਾਨ ਉਹਨਾਂ ਨਾਲ ਫੇਰ ਡਿਬੇਟ ਕਰ ਰਿਹਾ, ਉਹਨਾਂ ਨੇ ਤਾਂ ਲੋਕ ਸਭਾ ਰਾਜ ਸਭਾ ਨਿੱਤ ਗੁੱਤਮ ਦਿੱਤੀ ਹੁੰਦਾ, ਜਵਾਬ ਦੇਵੇ ਉਹ 18 ਮਹੀਨੇ ਦਾ ਆਮ ਲੋਕਾਂ ਨੂੰ, ਆਹਨਾਂ ਨੂੰ, ਇਹ ਬਾਈਆਂ ਨੂੰ, ਆਮ ਲੋਕਾਂ ਦੇ ਵਿੱਚ ਲੋਕ ਮੇਲੀ ਆ ਕੇ ਕਰੇ, ਉਹਨਾਂ ਨੂੰ ਜਵਾਬ ਦੇਵੇ। ਉਹਨਾਂ ਨਾਲ ਕੀ ਜਵਾਬ? ਜਿਹੜੇ ਲੋਕਾਂ ਨੇ ਦਰਕਿਨਾਰ ਕਰਤੇ, ਲੋਕ ਰੁਸ਼ਟ ਸੀ ਉਹ ਬਰਾਂ ਕਰਤੇ, ਉਹਨਾਂ ਨਾਲ ਕੀ ਕਰੂਗਾ ਇਹ? ਉਹਨਾਂ ਤੇ ਕੀ ਇਲਜ਼ਾਮ ਲਾਊਗਾ? ਜਾਂ ਉਹ ਤੇ ਕੀ ਉਹ ਕਹਿਣਗੇ ਤੇਰੇ ਰਾਜ ਚ ਨਸ਼ਾ ਵਿਕ ਰਿਹਾ, ਇਹ ਕੁ ਤੁਸੀਂ ਲੈ ਕੇ ਆਏ ਹੋ? ਉਹ ਕਹਿਣਗੇ, ਦੂਜੀ ਸਰਕਾਰ ਵਾਲੇ ਕਹਿਣਗੇ, ਉਹ ਤੇ ਵੀ ਇਹ ਕਹੂਗਾ ਤੁਹਾਡੇ ਰਾਜ ਚ ਵੀ ਵਿਕਦਾ ਰਿਹਾ, ਦੋ ਗੱਲਾਂ। ਫਿਰ ਉਹ ਕਹਿਣਗੇ ਪਾਣੀਆਂ ਦਾ ਮੁੱਦਾ, ਇਹ ਕਹੂਗਾ ਤੁਸੀਂ ਦਿੱਤਾ ਹੈਗਾ। ਫਿਰ ਕੀ ਹੋ ਗਿਆ? ਆਮ ਲੋਕਾਂ ਚ ਆਵੇ, ਇੱਥੇ ਆ ਕੇ ਸੱਥਾਂ ਚ ਬਾਬੇ ਵਰਗਿਆਂ ਕੋਲ ਆਵੇ, ਪੁੱਛ ਲੈ ਵੀ ਭਾਈ ਇਸ ਤਰ੍ਹਾਂ ਤੈਨੂੰ ਵੋਟਾਂ ਪਾਈਆਂ, ਇਸ ਤਰ੍ਹਾਂ ਨੂੰ ਜਿਤਾ ਤਾ ਤੂੰ ਆਮ ਲੋਕਾਂ। ਮੈਨੂੰ ਸਿਰਫ 2 ਮਿੰਟ ਦੇ ਦੇ, ਮੈਂ ਡਿਬੇਟ ਨਹੀਂ ਕਰ ਸਕਦਾ ਉਹਦੇ ਨਾਲ, ਮੁੱਖ ਮੰਤਰੀ ਹੈ, ਮੈਂ ਤਾਂ ਬੇਨਤੀ ਕਰਦਾ ਮੈਂ ਉਹਨੂੰ ਚਾਨਣ ਕਰ ਦੂੰ। ਆਹ 3 ਮੁੰਡੇ ਤਾਂ ਕੱਲ ਪਰਸੋਂ ਤੇ ਚੌਥੇ ਚ ਹੋਏ ਨੇ ਸਾਡੇ ਮਾਨਸਾ ਦੇ, ਕੌਣ ਨਸ਼ਾ ਵੇਚ ਰਿਹਾ, ਕਿਹੜਾ ਅਫਸਰ ਡੱਬੇ ਲੈਂਦਾ ਮਿਠਾਈ ਦੇ, ਕਿੰਨਾ ਵੀ ਈਡੀ ਜਾਂਚ ਕਰੇ, ਸਾਰਿਆਂ ਦੀ ਕਰਦੇ ਯਾਰ ਈਡੀ, ਸਾਰਿਆਂ ਦੇ ਡੋਪ ਟੈਸਟ ਕਰਾ ਲਏ, ਸਾਰੇ ਆਪਦੇ ਪ੍ਰਸ਼ਾਸਨ ਦੇ ਜੋ ਵੀ ਆਉਂਦਾ ਵਿੱਚ, ਇਮਾਨਦਾਰ ਵੀ ਬਹੁਤ ਨੇ, ਉਹ ਪੁਲਿਸ ਲਾਈਨਾਂ 'ਚ ਹੀ ਰਹਿ ਜਾਂਦੇ ਨੇ। ਮੇਰੇ ਨਸ਼ੇ ਦੇ ਪਤਾ ਹੁਣ ਹੀ ਮਿਲਿਆ ਸਾਨੂੰ ਇੱਕ ਵਿਚਾਰਾ ਹੌਲਦਾਰ, ਕਹਿੰਦਾ ਯਾਰ ਮੈਂ ਨਸ਼ਾ ਫੜਾ ਤਾ ਕਿਸੇ ਬੰਦੇ ਦਾ, ਉਹ ਇਹਨਾਂ ਦਾ ਹੱਸਦਾ ਸੀ, ਮੈਨੂੰ ਜਾ ਕੇ ਪੁਲਿਸ ਲਾਈਨ 'ਚ ਮਾਰਿਆ, ਮੈਂ ਤੂੰ ਖੁੱਲ ਕੇ ਬੋਲ, ਖੁੱਲ ਕੇ ਨਹੀਂ ਬੋਲ ਸਕਦਾ। ਠੀਕ ਹੈ ਨਾ? ਜੇ ਡਿਬੇਟ ਕਰਨੀ ਹੈ ਤਾਂ ਡਿਬੇਟ ਕਿਉਂ ਕਰਨੀ ਹੈ? ਮੈਨੂੰ ਤਾਂ ਲੱਭੇ, ਸਾਨੂੰ ਤਾਂ ਲੱਭੇ ਨਹੀਂ ਪਹੁੰਚਿਆ, ਲੋਕਾਂ ਨੇ ਮਿਲਣੇ ਉਹਨਾਂ ਨੂੰ, ਦੁੱਧ ਬਣ ਗਿਆ ਉਹ, ਹੁਣ ਵੀ ਸਿਵੇ ਦਾ ਰੋਲ ਪਾ ਰਹੇ ਨੇ, ਕੁਛ ਕਰਿਆ? ਚਲੋ ਅਰਦਾਸ ਕਰਤੀ, ਅਸੀਂ ਵੀ ਅਰਦਾਸ ਕਰੀ ਸੀ ਪਹਿਲਾਂ ਸ਼ੁਰੂ ਕਰਨ ਤੋਂ, ਅਰਦਾਸ ਕਰਨ ਤੇ ਬਾਅਦ ਕਿਹੜੀ ਮੁਹਿੰਮ ਚਲਾਤੀ? ਗੁਰੂ ਘਰੇ ਤਾਂ ਅਰਦਾਸ ਕਰਿਆ ਏ, ਉਦੋਂ ਬਾਅਦ ਕੋਈ ਕਾਰਜ ਤਾਂ ਕਰਨਾ ਸੀ। ਲੋਕਡਾਊਨ ਵੇਲੇ ਲੋਕ ਇੰਨੇ ਚਿਰ ਚ ਘਰਾਂ ਚ ਵਾੜਤੇ, ਵਾੜੇ ਕਿ ਨਹੀਂ ਵਾੜੇ? ਸਾਰਾ ਹਿੰਦੁਸਤਾਨ, ਇੰਡੀਆ ਕੰਡਕ ਕੋਠਿਆਂ ਚ ਵਾੜਤਾ, ਕੁੱਕਣ ਵਾਲਿਆਂ ਚ, ਇੰਨੇ ਚਿਰ ਚ ਕੋਈ ਬਾਹਰ ਨੀ ਖੜ ਦਿੱਤਾ। ਇਹ ਨਸ਼ਾ ਵੇਚਣ ਵਾਲੇ ਕਿੰਨੇ ਕਿੰਨੇ ਯਾਰ, ਇਹ 5 ਮਿੰਟਾਂ ਚ ਬੰਦ ਕਰਾ ਸਕਦੇ ਨੇ ਗੱਲ, ਕਰ ਕਰਾਉਂਦੇ ਨੀ ਭਾਈ ਸਾਹਿਬ। ਮੁੱਦਾ ਕਾਹਦਾ? ਅੱਗੇ ਚੋਣ ਮੈਨੂਫੈਸਟ ਚ ਕਾਹਦੀ ਸੌਂ ਖਾਣਗੇ ਨਸ਼ਾ ਬੰਦ ਹੋ ਗਿਆ? ਹੋਰ ਸਟੇਟਾਂ ਦਾ, ਸਾਊਥ ਵਾਲ ਦਾ ਕਹਿੰਦੀਆਂ ਤੁਹਾਡੇ ਚ ਇੰਨੇ ਮੈਡੀਕਲ ਕਾਲਜ ਕਰਾਏ ਨੇ, ਇੰਨੇ ਤੁਹਾਡੇ ਬੱਚੇ IPS PCS ਕਰੇ ਨੇ, ਤੇ ਫਿਰ ਜੇ ਨਸ਼ੀ ਮੁੱਕ ਗਿਆ ਤੇ ਇਹ ਵੋਟਾਂ ਕਾਹਦੇ ਸਿਰ ਤੇ ਮੰਗਣਗੇ? ਇਹਨਾਂ ਕੋਲ ਤਾਂ ਮੁੱਦਾ ਹੀ ਇੱਕ ਹੈ ਵੀ ਅਸੀਂ ਨਸ਼ਾ ਬੰਦ ਕਰਾਵਾਂਗੇ ਜੀ, ਨਸ਼ਾ ਬੰਦ ਕਰਾਵਾਂਗੇ। ਫਿਰ ਆਪਣੇ ਲੋਕ ਭਾਵਕ ਨੇ, ਹੁਣ ਇਸ਼ਤਿਹਾਰਬਾਜ਼ੀ ਦੀਆਂ ਗੱਲਾਂ ਕਰਦਾ ਸੀ, ਹੁਣ ਦੇਖੋ ਫਲੱਸ਼ਾਂ 'ਚ ਵੀ ਇਸ਼ਤਿਹਾਰ ਨੇ, ਹੈ ਨੀ? ਫਿਰ ਇਹ ਕਹਿੰਦਾ ਮੈਂ ਤਾਂ ਇਕੱਲਾ ਜਾਇਆ ਕਰੂੰ, ਗਲਾ ਤੋਂ ਗਲਾ ਹੋਤਾ ਹੈ, ਹੁਣ ਇਕੱਲਾ ਕਿੱਧਰ ਵੱਗ ਗਿਆ ਇਹ? ਹਰੇਕ ਵਰਗ ਦੁਖੀ ਹੈ, ਇੱਥੇ ਕਿੰਨੇ ਲੋਕ ਉਹ ਬੈਠੇ ਨੇ ਵਿਚਾਰੇ, ਆਹ ਬਾਪੂ ਬੈਠਾ, ਉਹ ਬੈਠੇ ਨੇ ਧਰਨਿਆਂ ਤੇ, ਉਹ ਗਾਹਾਂ ਬੈਠੇ ਧਰਨੇ, ਅੱਠ ਧਰਨੇ ਸਾਡੀ ਮਾਨਸਾ ਮਾਨਸ 'ਚ ਲੱਗੇ ਪਏ ਨੇ। ਇਹ ਸਰਕਾਰਾਂ ਨੀਤੀਆਂ ਦੁਖੀ ਨੇ ਤਾਂ ਹੀ ਲੱਗੇ ਨੇ। ਜੇ ਲੋਕਾਂ ਨੂੰ ਜਿਤਾਇਆ ਸੀ, ਲੋਕਾਂ ਨੂੰ ਐਂ ਲੱਗਦਾ ਸੀ ਵੀ ਇਹ ਆਪਣੇ ਵਰਗੀ ਬੋਲੀ ਬੋਲਦਾ, ਜਿਵੇਂ ਹੁਣ ਮੈਂ ਬੋਲੀ ਜਾਂਦਾ, ਕੱਲ ਨੂੰ ਮੈਂ ਬਦਲ ਜਾਂ, ਅੱਬਲ ਮੈਂ ਤਾਂ ਸਿਆਸਤ ਹੈ ਹੀ ਬਦਲਦਾ ਨਾ ਗਿਰਗਟ ਇਹ, ਪਰ ਯਾਰ ਉਹ ਲੋਕਾਂ ਨੂੰ ਤਾਂ ਮਿਲੇ। 92 'ਚੋਂ 40-50 ਤਾਂ ਕਰਪਸ਼ਨ ਦੇ ਦੋਸ਼ੀ ਹੋ ਗਏ, ਵਿੱਚ ਕਰਪਟ ਹੋ ਗਏ। ਹਰਜੋਤ ਬੈਂਸ ਤੇ ਕੋਈ ਕਾਰਵਾਈ ਨਹੀਂ ਹੋਈ, ਉਲਟਾ ਕੁੜੀ ਨੇ ਜਿਹੜਾ ਲਿਖਿਆ ਆ, ਹੋਰਾਂ ਨੇ ਇਹ ਘਰ ਪੱਟ ਦਿੰਦਾ ਸੀ, ਸਿੱਧੇ ਨਾਂ ਲੈ ਲੈ। ਹੁਣ ਕਹਿੰਦਾ ਮੈਨੂੰ ਤੂੰ ਕਹਿਤਾ, ਉਹਨੇ ਬਾਜਵੇ ਨੇ ਕਿਹਾ ਨਾ, ਕਹਿੰਦਾ ਮੈਨੂੰ ਤੂੰ ਕਹਿ ਕੇ ਸੰਬੋਧਨ ਕਰਤਾ, ਭਾਈ ਸਾਹਿਬ ਤੂੰ ਤਾਂ ਕਿੱਕਲੀਆਂ ਬਾਤੀਆਂ ਸੀਗੀਆਂ, ਤੂੰ ਤਾਂ ਸਿੱਧਾ ਇਹੋ ਜਿਹਾ ਕੁਛ ਬੋਲਦਾ ਹੁੰਦਾ ਸੀ, ਇਹ ਬਲਾਏ ਕੀ ਨੇ? ਇਹ ਤਾਂ ਹਰਸਿਮਰਤ ਕੌਰ, ਮੈਂ ਪੱਖੀ ਨੀ ਹੈਗਾ, ਨਾ ਅਕਾਲੀਆਂ ਦਾ ਨਾ ਕਾਂਗਰਸੀਆਂ ਦਾ, ਪੱਖੀ ਮੈਂ ਆਮ ਆਦਮੀ ਪਾਰਟੀ ਦਾ ਹੋਇਆ ਸੀ। ਮੈਂ ਊਂ ਗੱਲ ਕਰਾਂ, ਲੋਕ ਕਹਿਣ ਲੱਗ ਜਾਂਦੇ ਨੇ ਅਕਾਲੀ ਹੋ ਜਾਂ ਕਾਂਗਰਸੀ ਹੋ ਜਾਂ ਆਮ ਆਦਮੀ ਪਾਰਟੀ, ਨਾ ਹੀ ਨਾ, ਢੂਹੀ ਨੀ ਮਾਰਦੇ, ਨਾ ਪਹਿਲਾਂ ਮਾਰੀ ਆ, ਵੋਟਾਂ ਵੀ ਇਹਨੂੰ ਪਾਈਆਂ ਨੇ, ਕਦੇ ਹੋਰ ਕਦੇ ਵੋਟ ਵੀ ਨਹੀਂ ਪਾਈ ਸੀ, ਪਾਈ ਸੀ ਤਾਂ ਬਾਬੇ ਨੂੰ ਪਾਈ ਸੀ ਪਹਿਲਾਂ, ਇਹ ਹੋਰ ਕਿਸੇ ਨੂੰ ਪਾਈ ਸੀ, ਪੱਖੀ ਨਹੀਂ। ਆਪਾਂ ਤਾਂ ਇਸੇ ਦੇ ਜਵਾਬ ਜੋ ਇਹ ਕਹਿੰਦਾ ਸੀ, ਉਹ ਦੂਰੀ ਵਾਰ ਹੁਣ ਤਾਂ ਪਤੀ ਹੈ ਸਭ ਕੁਝ ਪਿਆ, ਬਟ ਲੋਕਾਂ 'ਚ ਹੁਣ ਵੀ ਤੂੰ ਤਾਂ ਅਗਲੇ ਦੇ ਘਰ ਤੱਕ ਪੁੱਣ ਦਿੰਦਾ ਸੀ, ਇਹੋ ਜਿਹਾ ਕੁਛ ਬੋਲਦਾ ਸੀ ਵੱਡੇ ਵੱਡੇ ਨੂੰ। ਹੁਣ ਜੇ ਤੈਨੂੰ ਤੂੰ ਕਹਿਤਾ ਇੱਕ MLA MP ਨੇ ਤਾਂ ਕਿੱਡੀ ਗੱਲ ਹੋ ਗਈ। ਹਰਜੋਤ ਬੈਂਸ ਨੂੰ ਇਹ ਵਿਚਾਰ ਰਹੇ ਨੇ, ਜਿਹਦੇ ਖਿਲਾਫ ਸਰੇਆਮ ਸੁਸਾਈਡ ਨੋਟ ਲਿਖਿਆ, ਉਹਦੇ ਸਹੁਰੇ ਚੱਕ ਕੇ ਅੰਦਰ ਮਾਰੇ, ਮੇਰੇ ਵਰਗੇ ਨੇ ਘਰੇ ਕੰਧਾਂ ਟੱਪ ਲੈਂਦੇ ਨੇ। ਜੋ ਆਵਾਜ਼ ਚੱਕਦਾ ਪੰਜਾਬ ਦੇ ਮੁੱਦਿਆਂ ਲਈ, ਅੱਜ ਹਰੇਕ ਅੰਦਰ ਹੈ, ਕੋਈ ਮਰਜ਼ੀ ਹੋਵੇ, MLA ਹੋਵੇ, ਉਹ ਸਿਮਰਜੀਤ, ਉਹ ਕੀ ਨਾਂ ਉਹਦਾ, ਖੈਰਾ, ਉਹ ਮਾਰਿਆ ਚੱਕ ਕੇ, ਉਹ ਆਵਾਜ਼ ਸੱਚ ਬੁਲੰਦ ਕਰਦਾ ਸੀ, ਉਹ ਇਹ ਬੁਲੰਦ ਕਰਦਾ ਸੀ।